ਮਨਾ ਪ੍ਰਧਾਨ ਜੀ ਉਹ ਦਿਨ ਜ਼ਰੂਰ ਆਊਗਾ ਜਦੋਂ ਇਹ ਲੋਕ ਸਾਡੀਆਂ ਕੁਰਬਾਨੀਆਂ ਨੂੰ ਯਾਦ ਕਰਨਗੇ ਤਾਂ ਅੱਗੇਉਂ ਜਵਾਬ ਆਇਆ ਕਿ ਹੋ ਸਕਦਾ ਕਿ ਯਾਦ ਕਰਨ ਪਰ ਕਰਨਗੇ ਕੁਝ ਨਹੀਂ ਸ਼ਾਇਦ ਇਹ ਗੱਲ ਅੱਜ ਸੱਚੀ ਜਾਬਤ ਹੋ ਰਹੀ ਆ ਸਾਡੇ ਪੰਜਾਬ ਦੇ ਸਾਡੇ ਹਿੰਦੁਸਤਾਨ ਦੇ ਇੱਕ ਮਹਾਨ ਤੇ ਵੱਡੇ ਸ਼ਹੀਦ ਉੱਤੇ ਇੱਕ ਐਡੀ ਵੱਡੀ ਫਿਲਮ ਬਣੀ ਹੋਵੇ ਤਾਂ ਸਾਡੇ ਪੰਜਾਬੀ ਲੋਕ ਇਸ ਕਦਰ ਇਗਨੋਰ ਕਰ ਰਹੇ ਆ ਜਿਵੇਂ ਸਾਰੇ ਪੰਜਾਬ ਦਾ ਝੋਨਾ ਇਸ ਬਾਰੇ ਇਹਨਾਂ ਨੇ ਆਪੇ ਵੱਢਣਾ ਹੋਵੇ ਮੈਂ ਗੱਲ ਕਰਨ ਜਾ ਰਿਹਾ ਜੀ ਸਾਡੇ ਮਹਾਨ ਸ਼ਹੀਦ ਕਰਤਾਰ ਸਿੰਘ ਸਰਾਭਾ ਉੱਤੇ ਬਣੀ ਫਿਲਮ ਸਰਾਭਾ ਉੱਤੇ ਸ਼ਾਇਦ ਤੁਹਾਡੇ ਵਿੱਚੋਂ ਅੱਜ ਬਹੁਤੇ ਲੋਕ ਇਸ ਫਿਲਮ ਦਾ ਨਾਮ ਪਹਿਲੀ ਵਾਰ ਸੁਣ ਜਾ ਰਹੇ ਹੁਣ ਕਿਉਂਕਿ ਇਸ ਫਿਲਮ ਦੀ ਪ੍ਰੋਮੋਸ਼ਨ ਕਿਸੇ ਵੱਡੇ ਪੱਧਰ ਉੱਤੇ ਨਹੀਂ ਕੀ ਗੀ ਕਿਉਂਕਿ ਇਹੋ ਜੀਆਂ ਫਿਲਮਾਂ ਦੇ ਬਜਟ ਬਹੁਤ ਲਿਮਟਡ ਹੁੰਦੇ ਆ ਕਿਉਂਕਿ ਇਹੋ ਜੀਆਂ ਫਿਲਮਾਂ ਬਣਾਉਣ ਵਾਸਤੇ ਪ੍ਰੋਡਿਊਸਰਾਂ ਨੂੰ ਮਨਾਉਣਾ ਬਹੁਤ ਮੁਸ਼ਕਲ ਗੱਲ ਹੁੰਦੀ ਹੈ ਇਹੋ ਜੀਆਂ ਫਿਲਮਾਂ ਬਣਾਉਣ ਵਾਸਤੇ ਉਹੀ ਪ੍ਰੋਡਿਊਸਰ ਤੇ ਉਹੀ ਡਾਇਰੈਕਟ ਹਿੰਮਤ ਕਰਦੇ ਆ ਜਿਨ੍ਹਾਂ ਨੂੰ ਇਹ ਗੱਲ ਚੰਗੀ ਤਰ੍ਹਾਂ ਪਤਾ ਹੁੰਦੀ ਹੈ ਕਿ ਇਹੋ ਜੀਆਂ ਫਿਲਮਾਂ ਸਿਰਫ ਸ਼ੌਂਕ ਲਈ ਬਣਾਈਆਂ ਜਾਂਦੀਆਂ ਆ ਇਹਨਾਂ ਤੋਂ ਕਮਾਈ ਨਹੀਂ ਕੀਤੀ ਜਾਂਦੀ ਪਾਵੇਂ ਇਸ ਫਿਲਮ ਦੀ ਪ੍ਰੋਮੋਸ਼ਨ ਵਾਸਤੇ ਕੋਈ ਬਹੁਤਾ ਪੈਸਾ ਨਾ ਖਰਚ ਕੀਤਾ ਗਿਆ ਹੋਵੇ ਪਰ ਫਿਲਮ ਬਣਾਉਣ ਵਿੱਚ ਕਿਸੇ ਵੀ ਚੀਜ਼ ਦੀ ਕਮੀ ਨਹੀਂ ਰੱਖੀ ਗਈ। ਸੋ ਅੱਜ ਦੀ ਵੀਡੀਓ ਵਿੱਚ ਆਪਾਂ ਸਰਾਬਾ ਮੂਵੀ ਦਾ ਹੀ ਰਿਵਿਊ ਕਰਨ ਜਾ ਰਹੇ ਹਾਂ ਤੇ ਇਸ ਰਿਵਿਊ ਵਿੱਚ ਆਪਾਂ ਚਾਰ ਚੀਜ਼ਾਂ ਉੱਤੇ ਚਾਰ ਟੌਪਿਕਾਂ ਉੱਤੇ ਗੱਲ ਕਰਾਂਗੇ। ਫਿਲਮ ਕਿਉਂ ਦੇਖਣੀ ਚਾਹੀਦੀ ਆ? ਫਿਲਮ ਵਿੱਚ ਬੈਸਟ ਸੀਨ ਕਿਹੜੇ ਸੀ? ਬੈਸਟ ਪਾਰਟ ਕਿਹੜੇ ਸੀਗੇ? ਫਿਲਮ ਵਿੱਚ ਹੋਈਆਂ ਗਲਤੀਆਂ ਤੇ ਫਿਲਮ ਵਿੱਚ ਕਮੀਆਂ ਕਿਹੜੀਆਂ ਸੀ? ਕਿਹੜੀਆਂ ਚੀਜ਼ਾਂ ਮਿਸਿੰਗ ਸੀ? ਦਾ ਜੀ ਉਹ ਦਿਨ ਜ਼ਰੂਰ ਆਊਗਾ। ਜਦੋਂ ਲੋਕ ਸਾਡੀਆਂ ਕੁਰਬਾਨੀਆਂ ਨੂੰ ਯਾਦ ਕਰਨਗੇ। ਹੋ ਸਕਦਾ ਯਾਦ ਕਰਨਗੇ। ਪਰ ਕਾਰਨਗੇ ਕੁਛ ਨਹੀਂ ਯਾਦ ਸਾਂ ਦੇਖੋ ਸਭ ਤੋਂ ਵੱਡੀ ਗੱਲ ਤਾਂ ਇਹ ਆ ਕਿ ਅੱਜ ਦੀ ਡੇਟ ਵਿੱਚ ਕਿਤਾਬਾਂ ਪੜਨ ਦਾ ਰਿਵਾਜ ਬਿਲਕੁਲ ਹੀ ਖਤਮ ਹੋੁੰਦਾ ਜਾ ਰਿਹਾ ਆ ਅਸੀਂ ਆਪ ਨਹੀਂ ਕਿਤਾਬਾਂ ਪੜ ਕੇ ਆਪਣੀ ਹਿਸਟਰੀ ਨੂੰ ਜਾਣਦੇ ਤਾਂ ਆਪਣੇ ਨਿਆਣਿਆਂ ਨੂੰ ਕੀ ਦੱਸਾਂਗੇ ਜਾਂ ਸਾਡੇ ਨਿਆਣੇ ਕਿੱਥੋਂ ਜਾਣਣਗੇ ਇਹ ਦੀ ਉਮੀਦ ਤਾਂ ਪਰ ਰੱਖ ਹੀ ਨਹੀਂ ਸਕਦੇ ਵੈਸੇ ਵੀ ਅੱਜ ਕੱਲ ਦੀ ਜਨਰੇਸ਼ਨ ਨੂੰ ਕਿਤਾਬਾਂ ਨਾਲੋਂ ਜ਼ਿਆਦਾ ਫਿਲਮਾਂ ਵਿੱਚ ਦਿਖਾਈਆਂ ਗਈਆਂ ਚੀਜ਼ਾਂ ਛੇਤੀ ਸਮਝ ਆਉਂਦੀਆਂ ਆ ਇਹੋ ਜੇ ਲੋਕ ਜਿਨ੍ਹਾਂ ਨੇ ਸਾਡੇ ਕਰਕੇ ਕੁਰਬਾਨੀਆਂ ਦਿੱਤੀਆਂ ਹੋਣ ਸ਼ਾਇਦ ਉਹਨਾਂ ਕੋਲ ਕਿਤਾਬਾਂ ਪੜਨ ਦਾ ਟਾਈਮ ਨਾ ਹੋਵੇ ਪਰ ਫਿਲਮਾਂ ਵਿੱਚ ਦਿਖਾਈਆਂ ਗਈਆਂ ਚੀਜ਼ਾਂ ਸਿੱਖਣੀਆਂ ਅਤੇ ਸਮਝਣੀਆਂ ਅੱਜ ਕੱਲ ਦੀ ਜਨਰੇਸ਼ਨ ਵਾਸਤੇ ਸੋਖੀਆਂ ਆਉਂਦੀਆਂ ਹਨ ਹੋ ਸਕਦਾ ਹੈ ਕਿ ਸਾਡੇ ਯੁਵਾਕਾਂ ਨੂੰ ਭਗਤ ਸਿੰਘ ਬਾਰੇ ਤਾਂ ਜਰੂਰ ਪਤਾ ਹੋਵੇਗਾ ਪਰ ਕਰਤਾਰ ਸਿੰਘ ਸਰਾਪਾ ਕੌਣ ਸੀ ਉਹਦੇ ਬਾਰੇ ਕਿਸੇ ਨੂੰ ਨਹੀਂ ਪਤਾ ਅਸੀਂ ਭਗਤ ਸਿੰਘ ਨੂੰ ਤਾਂ ਆਪਣਾ ਹੀਰੋ ਜਾਂ ਆਈਡਲ ਮੰਨ ਲੈਂਦੇ ਹਾਂ ਪਰ ਭਗਤ ਸਿੰਘ ਆਪਣਾ ਹੀਰੋ ਜਾਂ ਆਈਡਲ ਕਿੰ ਨੂੰ ਮੰਨਦਾ ਸੀਗਾ ਇਹਦੇ ਬਾਰੇ ਸ਼ਾਇਦ ਕਿਸੇ ਨੂੰ ਵੀ ਨਹੀਂ ਪਤਾ ਹੋਣਾ ਇਹ ਫਿਲਮ ਸਾਨੂੰ ਇਹ ਚੀਜ਼ਾਂ ਵੀ ਸਿਖਾਉਂਦੀ ਹੈ ਕਿ ਅੱਜ ਦੀ ਡੇਟ ਵਿੱਚ ਸਾਡੀ ਪੰਜਾਬ ਦੀ ਜਵਾਨੀ ਕੈਨੇਡਾ ਅਮਰੀਕਾ ਨੂੰ ਆਪਣਾ ਡ੍ਰੀਮ ਸਮਝਦੀ ਹੈ ਤੇ ਕੈਨੇਡਾ ਅਮਰੀਕਾ ਜਾ ਕੇ ਆਪਣੇ ਆਪ ਨੂੰ ਆਜ਼ਾਦ ਹੋ ਗਿਆ ਸਮਝਦੀ ਹੈ ਪਰ ਉਹਨਾਂ ਦਿਨਾਂ ਵਿੱਚ ਜਦੋਂ ਸਾਡਾ ਦੇਸ਼ ਸੱਚੀ ਮੁੱਚੀ ਗੁ ਨਾ ਦੇਣਾ ਵਿੱਚ ਕਰਤਾਰ ਸਿੰਘ ਸਰਾਭਾ ਤੇ ਉਹਦੇ ਸਾਥੀ ਅਮਰੀਕਾ ਵਰਗੀ ਆਜ਼ਾਦ ਕੰਟਰੀ ਨੂੰ ਠੋਕਰ ਮਾਰ ਕੇ ਪਿੰਡ ਆ ਗਏ ਸੀ ਆਪਣੇ ਪੰਜਾਬ ਵਿੱਚ ਆ ਗਏ ਸੀ ਸ਼ਹੀਦੀਆਂ ਪ੍ਰਾਪਤ ਕਰਨ ਵਾਸਤੇ ਇਸ ਫਿਲਮ ਤੋਂ ਸਾਡੇ ਬੱਚੇ ਇਹ ਵੀ ਸਿੱਖਣਗੇ ਕਿ ਸਾਡੇ ਬੱਚੇ ਜਿੱਥੇ ਇੱਕ ਚਾਕਲੇਟ ਪਿੱਛੇ ਹਜ਼ਾਰਾਂ ਝੂਠ ਬੋਲ ਦਿੰਦੇ ਆ ਉੱਥੇ ਸਾਡੇ ਸੂਰਮਿਆਂ ਨੇ ਕਰਤਾਰ ਸਿੰਘ ਸਰਾਭੇ ਵਰਗਿਆਂ ਨੇ ਆਪਣੀ ਜਾਨ ਬਚਾਉਣ ਵਾਸਤੇ ਜਾਂ ਆਪਣੇ ਆਪ ਨੂੰ ਫਾਂਸੀ ਤੋਂ ਬਚਾਉਣ ਵਾਸਤੇ ਇੱਕ ਵੀ ਝੂਠ ਨਹੀਂ ਸੀ ਬੋਲਿਆ ਹੁਣ ਆਪਾਂ ਗੱਲ ਕਰਾਂਗੇ ਇਸ ਫਿਲਮ ਵਿੱਚ ਕਮੀਆਂ ਵਾਸਤੇ ਜਿਹੜੀਆਂ ਚੀਜ਼ਾਂ ਮਿਸਿੰਗ ਸੀ ਜਿਹੜੀਆਂ ਚੀਜ਼ਾਂ ਹੋਣੀਆਂ ਬਹੁਤ ਹੀ ਜ਼ਰੂਰੀ ਸੀ ਤੋਂ ਸਭ ਤੋਂ ਵੱਡੀ ਮਿਸਿੰਗ ਚੀਜ਼ ਤਾਂ ਮੈਨੂੰ ਇਸ ਫਿਲਮ ਵਿੱਚ ਇਹ ਹੀ ਲੱਗੀ ਕਿ ਕੋਈ ਵੀ ਇਤਿਹਾਸਕ ਫਿਲਮ ਸ਼ੁਰੂ ਹੋਣ ਤੋਂ ਪਹਿਲਾਂ ਇੱਕ ਵੌਇਸ ਜੀ ਗੂੰਜਦੀ ਹੁੰਦੀ ਆ ਜਿਹੜੀ ਸਾਨੂੰ ਉਸ ਮਾਹੌਲ ਨਾਲ ਜਾਣੂ ਕਰਾਉਂਦੀ ਆ ਤੁਸੀਂ ਦੇਖਿਆ ਹੋਣਾ ਕਿ ਬਹੁਤ ਸਾਰੀਆਂ ਇਤਿਹਾਸਕ ਫਿਲਮਾਂ ਕੁਝ ਇਸ ਤਰੀਕੇ ਨਾਲ ਸ਼ੁਰੂ ਹੁੰਦੀਆਂ ਫਿਲਮ ਸ਼ੁਰੂ ਹੋਣ ਤੋਂ ਪਹਿਲਾਂ ਇੱਕ ਵੌਇਸ ਜੀ ਆਉਂਦੀ ਆ ਤੇ ਨਾਲ ਫੋਟੋਆਂ ਲੱਗੀਆਂ ਹੁੰਦੀਆਂ ਉਹ ਵੌਇਸ ਇਦਾਂ ਦੀ ਹੁੰਦੀ ਆ ਜਿਵੇਂ ਕਿ ਓਮਪੁਰੀ ਦੀ ਤੋ ਇਹ ਚੀਜ਼ ਬਿਲਕੁਲ ਹੀ ਮਿਸਿੰਗ ਸੀ ਦੂਜੀ ਵੱਡੀ ਮਿਸਿੰਗ ਚੀਜ਼ ਇਹ ਸੀ ਕਿ ਕਰਤਾਰ ਸਿੰਘ ਸਰਾਭਾ ਜੀ ਦਾ ਬਚਪਨ ਬਿਲਕੁਲ ਵੀ ਨਹੀਂ ਦਿਖਾਇਆ ਗਿਆ ਸਿਰਫ ਦੋ ਸੀਨਾਂ ਵਿੱਚ ਉਹਨਾਂ ਦਾ ਬਚਪਨ ਖਤਮ ਕਰ ਦਿੱਤਾ ਗਿਆ ਤੀਜੀ ਵੱਡੀ ਕਮੀ ਮੈਨੂੰ ਇਹ ਲੱਗੀ ਕਿ ਇਸ ਫਿਲਮ ਵਿੱਚ ਕਰਤਾਰ ਸਿੰਘ ਸਰਾਭਾ ਜੀ ਦੇ ਕਰੈਕਟਰ ਨੂੰ ਬਹੁਤਾ ਫਰਤੀਲਾ ਨਹੀਂ ਦਿਖਾਇਆ ਗਿਆ ਕਿਉਂਕਿ ਆਪਾਂ ਜਦੋਂ ਵੀ ਕਿਤਾਬਾਂ ਪੜ੍ਹਦੇ ਹਾਂ ਤਾਂ ਸਾਨੂੰ ਇਹੀ ਪਤਾ ਲੱਗਦਾ ਕਿ ਕਰਤਾਰ ਸਿੰਘ ਸਰਾਭਾ ਜੀ ਬਹੁਤ ਫਰਤੀਲੇ ਸੁਭਾਅ ਦੇ ਆਦਮੀ ਸੀ ਜੇ ਹੁਣ ਆਪਾਂ ਗੱਲ ਕਰੀਏ ਇਸ ਫਿਲਮ ਦੀਆਂ ਸਭ ਤੋਂ ਵਧੀਆ ਚੀਜ਼ਾਂ ਜਾਂ ਬੈਸਟ ਪਾਰਟ ਕਿਹੜੇ ਸੀ ਤਾਂ ਸਭ ਤੋਂ ਵਧੀਆ ਗੱਲ ਤਾਂ ਮੈਨੂੰ ਇਹੀ ਲੱਗੀ ਕਿ ਇਹ ਫਿਲਮ オリジナル ਇਤਿਹਾਸ ਦੇ ਬਹੁਤ ਜ਼ ਦਿਪਲਮਾ ਨੂੰ ਤੋੜ ਮੋੜ ਕੇ ਕੁਝ ਹੋਰੀ ਬਣਾ ਦਿੱਤਾ ਜਾਂਦਾ ਹੈ ਉਹਨਾਂ ਦਾ ਇਤਿਹਾਸ ਹਿਸਟਰੀ ਦੇ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਹੁੰਦਾ ਪਰ ਇਸ ਫਿਲਮ ਵਿੱਚ ਮੈਨੂੰ ਇੱਕ ਵੀ ਸੀਨ ਇਹੋ ਜਿਹਾ ਨਹੀਂ ਦਿਖਿਆ ਜਿਹੜਾ ਮਨ ਘੜ ਤੋਂ ਹੋਵੇ ਇਤਿਹਾਸ ਤੋਂ ਦੂਰ ਹੋਵੇ ਜਾਂ ਲੋਕਾਂ ਨੂੰ ਬੇਕੂਬ ਬਣਾਉਣ ਵਾਸਤੇ ਐਵੇਂ ਹੀ ਵਿੱਚ ਪਾ ਦਿੱਤਾ ਗਿਆ ਹੋਵੇ ਇਸ ਫਿਲਮ ਵਿੱਚ ਲਗਾਏ ਗਏ ਸਾਰੇ ਹੀ ਸੈੱਟ ਬੜੇ ਹੀ オリジナル ਤੇ ਸੋਚਜੇ ਢੰਗ ਨਾਲ ਦਰਸਾਏ ਗਏ ਸੀ ਫਿਰ ਉਹ ਭਾਵੇਂ ਅਮਰੀਕਾ ਵਾਲੇ ਸੀਨ ਹੁਣ ਭਾਵੇਂ ਇੰਡੀਆ ਵਾਲੇ ਹੁਣ ਭਾਵੇਂ ਇੰਡੀਆ ਦੀਆਂ ਜੇਲਾ ਵਾਲੇ ਹੋਣ ਭਾਵੇਂ ਉਹ ਗੋਰਿਆਂ ਦੇ ਹੋਣ ਜਾਣੀ ਕਿ ਹਰ ਇੱਕ ਸੈੱਟ ਵਿੱਚ ਤੁਸੀਂ ਫੀਲ ਕਰੋਗੇ ਕਿ ਹਾਂ ਇਹ ਚੀਜ਼ਾਂ ਸਨ 1910-12 ਤੋਂ ਪਹਿਲਾਂ ਵਾਲੀਆਂ ਹੀ ਆ ਸੋ ਸਭ ਤੋਂ ਵੱਡੀ ਗੱਲ ਤਾਂ ਇਹ ਆ ਕਿ ਇਸ ਫਿਲਮ ਦੇ ਡਾਇਰੈਕਟਰ ਕਵੀ ਰਾਜ ਇਨੇ ਇਸ ਫਿਲਮ ਵਿੱਚ ਸਰਾਭਾ ਜੀ ਦਾ ਰੋਲ ਨਿਭਾਉਣ ਵਾਸਤੇ ਜਾਂ ਇਸ ਫਿਲਮ ਦੇ ਮੇਨ ਹੀਰੋ ਵਾਸਤੇ ਜਪਤੇਜ ਸਿੰਘ ਨੂੰ ਚੁਣ ਕੇ ਕੋਈ ਵੀ ਗਲਤੀ ਨਹੀਂ ਕੀਤੀ ਜੇ ਤੁਸੀਂ ਸਰਾਭਾ ਜੀ ਦੀ ਫੋਟੋ ਦੇਖੋ ਤੇ ਉਸ ਤੋਂ ਬਾਅਦ ਜਪਤੇਜ ਸਿੰਘ ਨੂੰ ਦੇਖੋ ਤਾਂ ਤੁਸੀਂ ਫੀਲ ਕਰੋਗੇ ਯਾਰ ਜਿਵੇਂ ਸਰਾਭਾ ਜੀ ਖੁਦ ਹੀ ਇਸ ਫਿਲਮ ਵਿੱਚ ਆ ਗਏ ਹੋਣ ਵੈਸੇ ਵੀ ਜਪਤੇਜ ਸਿੰਘ ਬੜਾ ਹੰਡੇਆ ਤੇ ਸਿੱਖਿਆ ਹੋਇਆ ਕਲਾਕਾਰ ਆ ਕਿਉਂਕਿ ਇਸ ਤੋਂ ਪਹਿਲਾਂ ਉਹਨਾਂ ਨੇ ਮਿੱਟੀ ਦਾ ਫਰੋਲ ਜੋਗੀ ਆ ਤੇ ਬਾਗ ਮਿਲਖਾ ਬਾਗ ਵਿੱਚ ਮਿਲਖਾ ਜੀ ਦੇ ਬਚਪਨ ਦਾ ਰੋਲ ਕੀਤਾ ਹੋਇਆ ਵਾ ਜਪਤੇਜ ਸਿੰਘ ਸਾਡੀ ਪੰਜਾਬੀ ਇੰਡਸਟਰੀ ਵਿੱਚ ਆਉਣ ਵਾਲੇ ਸਮੇਂ ਦਾ ਇੱਕ ਬਹੁਤ ਵੱਡਾ ਨਾਮ ਆ ਜੇ ਹੁਣ ਆਪਾਂ ਗੱਲ ਕਰੀਏ ਇਸ ਫਿਲਮ ਵਿੱਚ ਹੋਈਆਂ ਗਲਤੀਆਂ ਬਾਰੇ ਤਾਂ ਗਲਤੀਆਂ ਕੁਝ ਖਾਸ ਤਾਂ ਨਹੀਂ ਸੀ ਪਰ ਜੇ ਉਹਨਾਂ ਨੂੰ ਵੀ ਨਾ ਕੀਤਾ ਜਾਂਦਾ ਤਾਂ ਫਿਲਮ ਇੱਕ ਨੈਕਸਟ ਲੈਵਲ ਤੇ ਜਾ ਸਕਦੀ ਸੀ ਕਿਉਂਕਿ ਮੈਂ ਫੀਲ ਕੀਤਾ ਕਿ ਕੁਝ ਕੁ ਸੀਨ ਬਾਰ-ਬਾਰ ਦੁਹਰਾਏ ਗਏ ਸੀ ਉਹਨਾਂ ਦੀ ਕੋਈ ਵੀ ਜ਼ਰੂਰਤ ਨਹੀਂ ਸੀ ਫਿਲਮ ਵਿੱਚ ਪਾਏ ਗਏ ਸਾਰੇ ਗਾਣੇ ਬਹੁਤ ਵਧੀਆ ਸੀ ਪਰ ਉਹਨਾਂ ਨੂੰ ਟਾਈਮ ਜ਼ਿਆਦਾ ਦਿੱਤਾ ਗਿਆ ਸੀ ਥੋੜੇ ਜੇ ਲੰਬੇ ਗਾਣੇ ਸੀ ਸੋ ਗਾਣਿਆਂ ਅਤੇ ਦੁਹਰਾਏ ਗਏ ਸੀਨਾਂ ਦਾ ਟਾਈਮ ਬਚਾ ਕੇ ਕਰਤਾਰ ਸਿੰਘ ਸਰਾਭਾ ਜੀ ਦਾ ਬਚਪਨ ਦਿਖਾਇਆ ਜਾ ਸਕਦਾ ਸੀ ਫਿਲਮ ਵਿੱਚ ਬਹੁਤ ਸਾਰੇ ਕਰੈਕਟਰ ਬਿਨਾਂ ਜਾਣ ਪਛਾਣ ਕਰਾਏ ਹੀ ਐਂਟਰ ਹੋ ਰਹੇ ਸੀ ਤੇ ਬਹੁਤ ਸਾਰੇ ਕਰੈਕਟਰ ਬਿਨਾਂ ਦੱਸੇ ਬਿਨਾਂ ਸਮਝਾਏ ਹੀ ਗਾਇਬ ਹੋ ਰਹੇ ਸੀ ਜਿਹਦੇ ਕਰਕੇ ਫਿਲਮ ਨੂੰ ਸਮਝਣਾ ਵਿੱਚ ਵਿੱਚ ਮੁਸ਼ਕਲ ਹੋ ਰਿਹਾ ਸੀ ਸੋ ਇਸ ਤੋਂ ਇਲਾਵਾ ਤਾਂ ਮੈਨੂੰ ਕੋਈ ਖਾਸ ਕਮੀਆਂ ਨਹੀਂ ਲੱਗੀਆਂ ਸਾਰੀ ਫਿਲਮ ਓਵਰঅল ਬਹੁਤ ਵਧੀਆ ਸੀ ਸੋ ਮੁੱਖ ਦੀ ਗੱਲ ਇਹ ਹੀ ਆ ਕਿ ਇਹ ਫਿਲਮ ਸਾਨੂੰ ਹਰ ਹਾਲਤ ਵਿੱਚ ਗੂਗੀ ਤੂੰ ਤੁਸੀਂ ਕਦੋਂ ਜਾ ਰਹੇ ਹੋ ਇਹ ਫਿਲਮ ਦੇਖਣ ਕਮੈਂਟ ਕਰਕੇ ਜਰੂਰ ਦੱਸਿਓ ਆਉਣ ਵਾਲੀਆਂ ਵੀਡੀਓਜ਼ ਵਾਸਤੇ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ ਮਿਲਦੇ ਹਾਂ ਕਿਸੇ ਹੋਰ ਵੀਡੀਓ ਵਿੱਚ ਇਸ ਵੀਡੀਓ ਵਿੱਚ ਹੋਈਆਂ ਗਲਤੀਆਂ ਵਾਸਤੇ ਮਾਫੀ ਧੰਨਵਾਦ